ਪੰਜਾਬ ਵਿੱਚ ਖੇਤੀ ਦੇ ਸੰਦਾਂ ਅਤੇ ਖੇਤੀ ਉਦਯੋਗ ਤੇ ਆਰਥਿਕ ਸੁਸਤੀ ਦੀ ਮਾਰ ਕਰਕੇ ਸੈਂਕੜੇ ਕਾਮਿਆਂ ਦਾ ਖੁੱਸਿਆ ਰੋਜ਼ਗਾਰ। ਮੋਗਾ ਵਿੱਚ ਸੰਦ ਬਣਾਉਣ ਵਾਲੀਆਂ 314 ਫੈਕਟਰੀਆਂ ਲੱਗੀਆਂ ਸਨ, ਜਿਨ੍ਹਾਂ ਦੀ ਗਿਣਤੀ ਘੱਟ ਕੇ 10 ਰਹਿ ਗਈ ਹੈ। ਜੇਪੀ ਖੰਨਾ ਇੰਡਸਟਰੀ ਦੇ ਬੰਦ ਹੋਣ ਦਾ ਮੁੱਖ ਕਾਰਨ ਸਰਕਾਰਾਂ ਦੀ ਬੇਰੁਖੀ, ਫੈਕਟਰੀ ਮਾਲਕ ਥ੍ਰੈਸ਼ਰ ਤੇ ਹੋਰ ਖੇਤੀ ਸੰਦ ਬਣਾਉਣ ਦੇ ਉਦਯੋਗ ਵਿੱਚ ਕਿਸੇ ਵੇਲੇ ਭਾਰਤ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਪੰਜਾਬ ਦੇ ਸ਼ਹਿਰਾਂ ਮੋਗਾ, ਨਾਭਾ, ਰਾਮਪੁਰਾ ਫੂਲ, ਭਗਤਾ ਭਾਈ, ਸਰਦੂਲਗੜ੍ਹ ਅਤੇ ਤਲਵੰਡੀ ਭਾਈ ਵਿੱਚ ਬਹੁਤੇ ਉਦਯੋਗਾਂ ਨੂੰ ਜਿੰਦਰੇ ਲੱਗ ਚੁੱਕੇ ਹਨ ਅਤੇ ਫੈਕਟਰੀ ਦੇ ਵਿੱਚ ਕੰਮ ਕਰਨ ਵਾਲੇ ਲੋਕ ਹੁਣ ਦੂਜੇ ਸੂਬਿਆਂ ਵਿੱਚ ਕੰਮ ਦੀ ਤਲਾਸ਼ ਵਿੱਚ ਜਾ ਰਹੇ ਹਨ। ਖੇਤੀਬਾੜੀ ਲਈ ਸੰਦ ਬਣਾਉਣ ਵਾਲੇ ਛੋਟੇ ਉਦਯੋਗਾਂ ਦਾ ਕੰਮ ਘਟਣ ਮਗਰੋਂ ਇਹਨਾਂ ਉਦਯੋਗਾਂ ਵਿੱਚ ਕੰਮ ਕਰਦੇ ਕਾਮਿਆਂ ਨੂੰ ਫੈਕਟਰੀ ਮਾਲਕਾਂ ਨੇ ਕਰੀਬ 2 ਸਾਲ ਪਹਿਲਾਂ ਹਟਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਪੰਜਾਬ ਭਰ ਵਿੱਚ ਖੇਤੀ ਉਦਯੋਗਾਂ ਨਾਲ ਜੁੜੇ ਸੈਂਕੜੇ ਮਜ਼ਦੂਰ ਰੋਜ਼ਗਾਰ ਤੋਂ ਵਾਂਝੇ ਹੋ ਰਹੇ ਹਨ। ਇਹਨਾਂ ਵਿੱਚ ਕਿੱਤਾ ਮੁਖੀ ਹੁਨਰ ਹਾਸਲ ਕਾਮੇ ਵੀ ਸ਼ਾਮਲ ਹਨ। ਜ਼ਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ਅਤੇ ਰਾਮਪੁਰਾ ਫੂਲ ਵਿੱਚ 1990 ਦੇ ਦਹਾਕੇ ਵਿੱਚ ਖੇਤੀ ਸੰਦ ਬਣਾਉਣ ਵਾਲੇ ਲੱਗੇ ਛੋਟੇ ਕਾਰਖਾਨਿਆਂ ਦਾ ਮਾਲ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜਰਾਤ ਨੂੰ ਸਪਲਾਈ ਹੁੰਦਾ ਸੀ। ਆਰਥਿਕ ਮੰਦੀ ਦੇ ਦੌਰ ਨੇ ਹੁਣ ਇਸ ਧੰਦੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਖੇਤੀ ਉਦਯੋਗ ਨਾਲ ਜੁੜੇ ਜ਼ਿਆਦਾਤਰ ਫੈਕਟਰੀ ਮਾਲਕ ਅਤੇ ਛੋਟੇ ਕਾਰਖਾਨੇਦਾਰ ਇਸ ਸੰਕਟ ਦੇ ਲਈ ਨੋਟਬੰਦੀ ਅਤੇ ਗੁੱਡਸ ਐਂਡ ਸਰਵਿਸ ਟੈਕਸ ਦੇ ਸਖ਼ਤ ਨਿਯਮਾਂ ਨੂੰ ਮੁੱਖ ਅਸਲ ਕਾਰਨ ਮੰਨਦੇ ਹਨ। ਕਾਰਖਾਨੇਦਾਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਕਾਰਨ ਬਾਜ਼ਾਰ ਵਿੱਚ ਨਗਦੀ ਦਾ ਪਸਾਰ ਇੱਕਦਮ ਘੱਟ ਗਿਆ, ਜਿਸ ਕਾਰਨ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਤਨਖਾਹਾਂ ਤੱਕ ਦੇਣੀਆਂ ਔਖੀਆਂ ਹੋ ਗਈਆਂ ਹਨ। ਅੱਜ ਤੋਂ 10 ਤੋਂ 15 ਸਾਲ ਪਹਿਲਾਂ ਮੋਗਾ ਜਿਹੜਾ ਸੀਗਾ ਜੀ, ਇੱਕ ਧੁੰਨੀ ਮੰਨਦਾ ਸੀ ਹਿੰਦੁਸਤਾਨ ਦੀ, ਜਿੱਥੇ ਸਭ ਤੋਂ ਜ਼ਿਆਦਾ ਐਗਰੀਕਲਚਰ ਯੂਨੀਅਨ ਬਣਦਾ ਸੀਗਾ। ਇਹਦਾ ਜਿਹੜਾ ਹੁਣ ਜਿਹੜਾ ਬੈਕ ਗਿਆ, ਬੈਕਅਪ ਜਿਹੜਾ ਪਛਾਣ ਵੱਜੀ ਆ, ਉਹ ਸਭ ਦਾ ਮੁੱਖ ਕਾਰਨ ਕੀ ਹੈ, ਪਹਿਲਾਂ ਨੋਟਬੰਦੀ ਹੋ ਗਈ। ਨੋਟਬੰਦੀ ਦੇ ਮਾਰਕੀਟ ਨਾਲ ਹੀ GST ਦੇ ਜਿਹੜੀ ਹੈਗੀ ਆ, ਐਗਰੀਕਲਚਰ ਇੰਪਲੀਮੈਂਟ ਟੈਕਸ ਵੀ ਆਈਟਮ ਸੀਗੀ, ਉਹਦੇ 'ਤੇ 12% GST ਲੱਗ ਗਈ। 12% GST ਹੁਣ ਜਿਵੇਂ ਕੋਈ ਜ਼ਿਮੀਂਦਾਰ ਸਾਡੇ ਕੋਲ ਸੰਦ ਲੈਣ ਆਉਂਦਾ, ਜੇ ਉਹਨੂੰ ਕਿਹਦੇ 12% GST ਆਏ ਤਾਂ ਲੱਗੀ ਹੋਈ ਆ, ਉਹ ਕਹਿੰਦਾ ਅਸੀਂ ਮੋਦੀ ਨੂੰ ਕਿਉਂ ਦਈਏ। ਉਹਨੂੰ ਮੋਦੀ ਨੂੰ ਹਾਥੀ ਕਹਿੰਦੇ ਆ, ਵੀ ਹਾਥੀ ਨੂੰ ਅਸੀਂ ਕਿਉਂ ਦਈਏ ਪੈਸੇ। ਉਹਦੇ ਕਈ ਕਾਰਨ ਹੈ ਜੀ। ਮੋਗੇ ਦੀ ਇੰਡਸਟਰੀ ਦਾ ਬੜਾ ਨਾਮ ਸੀ, ਯਾਨੀ ਕਿ ਜ਼ਿਮੀਂਦਾਰ ਦਾ ਸੰਦ ਬਣਨਾ, ਐਗਰੀਕਲਚਰ ਇੰਪਲੀਮੈਂਟ ਬਣਦਾ ਸੀ, ਉਹ ਮੋਗੇ ਦੇ ਵਿੱਚ ਹੀ ਸ਼ੁਰੂ ਹੋਇਆ। ਮੇਨ ਜਿਹੜਾ ਸੀ ਇਹ ਸਾਡੇ ਵੀਟ ਥ੍ਰੈਸ਼ ਜਿਹੜਾ ਸੀ ਉਹ ਸਟਾਰਟਿੰਗ ਮੋਗੇ ਤੋਂ ਹੋਈ। ਇਸ ਕਿਸੇ ਸਮੇਂ ਦੇ ਵਿੱਚ ਇੱਥੇ 30-35 ਹਜ਼ਾਰ ਥ੍ਰੈਸ਼ਰ ਵੀ ਬਣਦਾ ਰਿਹਾ, ਜਦਕਿ ਉਸ ਵਕਤ ਇਹਨੂੰ ਸਿਟੀ ਆਫ ਥ੍ਰੈਸ਼ਰ ਵੀ ਜਾਣਿਆ ਜਾਂਦਾ ਸੀ ਸਾਰੇ ਹਿੰਦੁਸਤਾਨ 'ਚ। ਜਿਹੜੀ ਗਾਹਕੀ ਸੀ ਸਾਰੀਆਂ ਸੂਬਿਆਂ 'ਚੋਂ ਆਉਂਦੇ ਸੀ, ਲਿਜਾਂਦੇ ਸੀ। ਉਸ ਵੇਲੇ ਇਹਦੇ ਉੱਤੇ ਬੜੀਆਂ ਸਰਕਾਰ ਨੇ ਛੋਟਾਂ ਦਿੱਤੀਆਂ ਸੀ, ਕਿਉਂਕਿ ਇੱਕ ਪਾਸੇ ਤਾਂ ਜ਼ਿਮੀਂਦਾਰ ਬਹੁਤ ਰੁਲਦਾ ਰਹਿੰਦਾ, 15-20 ਮਹੀਨਾ ਫਸਲ ਨਹੀਂ ਸਾਂਭੀ ਜਾਂਦੀ ਸਾਡੀ ਮਸ਼ੀਨਰੀ ਬਣਾਉਣ ਦੇ ਨਾਲ, ਉਹ ਬੀਜਣੀ, ਵਾਹੁਣੀ, ਵੱਢਣੀ, ਕੱਢਣੇ, ਦਾਣੇ ਕੱਢਣੇ, ਸਾਰਾ ਕੁਛ ਅਸੀਂ ਯਾਨੀ 10 ਦਿਨ ਦੇ ਵਿੱਚ ਹੀ ਸਾਰਾ ਉਹ ਸਿਮਟ ਜਾਂਦਾ। ਉਸ ਵੇਲੇ ਜਦੋਂ ਪ੍ਰਫੁੱਲਿਤ ਹੋਈ ਇੰਡਸਟਰੀ, ਉਸ ਵੇਲੇ ਇਸ ਇੰਡਸਟਰੀ ਇਸ ਇੰਪਲੀਮੈਂਟ ਦੇ ਉੱਤੇ, ਇਹਦੇ ਪਾਰਟ ਦੇ ਉੱਤੇ ਕੋਈ ਟੈਕਸ ਨਹੀਂ ਸੀ। ਅਸੀਂ ਮਕੈਨੀਕਲ ਦਾ ਕੰਮ ਕਰਦੇ ਐਗਰੀਕਲਚਰ ਦਾ। ਅੱਛਾ, ਕਿੰਨਾ ਚਿਰ ਹੋ ਗਿਆ ਕੰਮ ਕਰ? ਮੈਂ 80-81 ਦਾ ਕੰਮ ਕਰਦਾ ਜੀ, ਠੇਕੇਦਾਰੀ ਕਰਦਾ ਰਿਹਾ। ਅੱਛਾ, ਰੈਸ਼ਰ ਲੈਣ ਦੇ ਉੱਤੇ ਠੇਕੇਦਾਰੀ ਕਰਦੇ ਰਹੇ ਆ। ਪਹਿਲਾਂ 40-40 ਬੰਦੇ ਰਹੇ ਆ, 45-45 ਬੰਦੇ ਨਾਲ ਰਹੇ ਆ ਜੀ। ਅੱਜ ਕਿੱਥੇ ਵੇਖਦੇ ਹੋ ਜਿਹੜੀ ਇੰਡਸਟਰੀ ਆ, ਕਿ ਪਹਿਲਾਂ ਕਿਵੇਂ ਸੀ ਅਤੇ ਹੁਣ ਕਿਵੇਂ ਆ ਜੀ? ਅੱਜ ਤਾਂ ਖਤਮ ਹੋਣ ਵਾਲਾ ਹੀ ਕੰਮ ਆ ਜੀ, ਬਸ ਕੋਈ ਤਾਂ 10 ਬੰਦੇ, ਕਿਸੇ ਤਾਂ 15 ਬੰਦੇ, ਅੱਧੀ ਤਾਂ ਏਜੰਸੀ ਖਤਮ ਹੋ ਗਈ, ਮੌਕਾ ਖਤਮ ਹੀ, ਫਰੈਸ਼ ਹੀ ਖਤਮ ਹੋ ਗਿਆ ਜੀ।